ਜਿਹੜੀ ਘਟਨਾ ਕੱਲ ਦੇਰ ਰਾਤ ਤਕਰੀਬਨ 12:30 ਵਜੇ ਦੇ ਆਸ-ਪਾਸ ਦੀ ਹੈਗੀ ਹੈ ਜਦੋਂ ਇਹ ਪੂਰੀ ਘਟਨਾ ਜ਼ਿਰਖਪੁਰ ਦੇ ਇਸੀ ਜਿਹੜਾ ਇਹ ਹੋਟਲ ਹੈ 4 by oyo ਇਸ ਹੋਟਲ ਦਾ ਨਾਮ ਹੈ ਇੱਥੇ ਹੀ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਇਸੀ ਹੋਟਲ ਦੇ ਵਿੱਚ ਜਿਹੜੀ ਬੈਕ ਸਾਈਡ ਤੇ ਜਿਹੜੀ ਪੂਲ ਸਾਈਡ ਹੈਗੀ ਉੱਥੇ ਹੀ ਜਿਹੜੀ ਇਹ ਦੇਰ ਰਾਤ ਇਹ ਘਟਨਾ ਵਾਪਰੀ ਹੈਗੀ ਦਰਸਲ ਦੋ ਪਾਰਟੀ ਇੱਥੇ ਜਿਹੜੀ ਚੱਲ ਰਹੀਆਂ ਸੀਗੀ ਦੋ ਵੱਖਰੇ ਵੱਖਰੇ ਜਿਹੜੀ ਫੈਮਲੀਆਂ ਇੱਥੇ ਸੀਗੀ ਇੱਕ ਫੈਮਲੀ ਸੀਗੀ ਤੇ ਇੱਕ ਕੁਝ ਨੌਜਵਾਨਾਂ ਦਾ ਇੱਕ ਗੁੱਟ ਸੀਗਾ ਜਦੋਂ ਕਿਸੇ ਗੱਲਬਾਤ ਨੂੰ ਲੈ ਕੇ ਆਪਸ ਦੇ ਵਿੱਚ ਬਹਿਸਬਾਜ਼ੀ ਹੋਈ ਤਾਂ ਉਸੇ ਦੌਰਾਨ ਇੱਥੇ ਜਿਹੜੀ ਇਹ ਫਾਇਰਿੰਗ ਹੋਈ ਦਰਅਸਲ ਇੱਥੇ ਜਿਹੜੀ ਕਿਡਜ਼ ਕਰੰਸੀ ਜਿਹੜੀ ਹੁੰਦੀ ਹੈ ਜਿਹੜੀ ਕਿ ਡਾਲਰ ਜਿਹੜੇ ਸੀਗੇ ਜਿਹੜੇ ਕਿ ਤਸਵੀਰਾਂ ਦੇ ਵਿੱਚ ਨਜ਼ਰ ਵੀ ਆ ਰਹੇ ਨੇ ਉਹ ਕਿਡਜ਼ ਕਰੰਸੀ ਸੀਗੀ ਤੇ ਉਹ ਇੱਕ ਦੂਸਰੇ ਤੋਂ ਉਛਾਲੀ ਜਾ ਰਹੀ ਸੀਗੀ ਤੇ ਉਸ ਨੂੰ ਲੈ ਕੇ ਜਿਹੜੀ ਗੱਲਬਾਤ ਸ਼ੁਰੂ ਹੋਈ ਸੀਗੀ ਤੇ ਉਸ ਤੋਂ ਬਾਅਦ ਇਹ ਜਿਹੜੀ ਹੈ ਜਿਹੜੀ ਚਾਰ ਰਾਉਂਡ ਫਾਇਰਿੰਗ ਕੀਤੀ ਕਿ ਜਿਸ ਦੇ ਵਿੱਚ ਇੱਕ ਕਰਨ ਨਾਮ ਦੇ ਯੁਵਕ ਦੇ ਜਿਹੜੀ ਹੈ ਉਹ ਜਿਹੜੇ ਗੋਲੀ ਲੱਗੀ ਉਹਦੀ ਲੱਤ ਤੇ ਉਹ ਤੋਂ ਉਸ ਤੋਂ ਬਾਅਦ ਉਸ ਨੂੰ 32 ਸੈਕਟਰ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਅਸੀਂ ਹੋਟਲ ਦੇ ਉਸੇ ਥਾਂ ਤੇ ਮੌਜੂਦ ਹਾਂ ਇੱਥੇ ਇਹ ਲਿਖਿਆ ਜ਼ਰੂਰ ਹੋਇਆ ਕਿ ਹੋਟਲ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਵੈਪਨ ਜਿਹੜਾ ਹੈ ਉਹ ਅਲਾਉਡ ਨਹੀਂ ਹੈਗਾ ਅਕਸਰ ਇਸੇ ਤਰੀਕੇ ਨਾਲ ਹੋਟਲਾਂ ਦੇ ਵਿੱਚ ਇਨਸਟਰਕਸ਼ਨ ਲਿਖਿਓ ਨਹੀਂ ਲੇਕਿਨ ਉਹਦੇ باوجود ਅੱਸੀ ਕੇ ਦੀ ਘਟਨਾ ਹੁੰਦੀ ਹੈ ਇੱਕ ਵਾਰ ਫਿਰ ਇਹ ਜਿਹੜੀ ਘਟਨਾ ਸਾਹਮਣੇ ਆਈ ਹੈ ਤੇ ਹੋਟਲ ਦੇ ਅੰਦਰ ਜਿਹੜੀ ਪਾਰਟੀ ਚੱਲੀ ਸੀ ਉਸ ਦੇ ਵਿੱਚ ਹਥਿਆਰ ਕਿਵੇਂ ਪਹੁੰਚੇ ਇੱਕ ਵੱਡਾ ਸਵਾਲ ਹੈਗਾ ਤੇ ਇੱਥੋਂ ਤੱਕ ਕਿ ਇੱਥੇ ਜਿਹੜੇ ਸਿਕਿਉਰਿਟੀ ਚੈਕਸ ਲੱਗੇ ਨੇ ਉਹ ਵੀ ਕਿਸੇ ਤਰੀਕੇ ਨਾਲ ਕੋਈ ਵਰਕਿੰਗ ਨਹੀਂ ਹੈਗੇ ਸਿਰਫ ਇੱਕ ਜੇਕਰ ਗੱਲ ਕਰੀਏ ਦਿਖਾਵੇ ਦੇ ਜਿਹੜੇ ਇੱਥੇ ਜਿਹੜੇ ਇਕੁਪਮੈਂਟਸ ਇੱਥੇ ਲਗਾ ਰੱਖੇ ਨੇ ਕੋਈ ਵੀ ਤੇ ਵੱਡੀ ਘਟਨਾ ਕਿਸੇ ਵੇਲੇ ਵੀ ਅੰਜਾਮ ਕੋਈ ਵੀ ਦੇਖ ਕੇ ਜਾ ਸਕਦਾ ਹੈ ਤੇ ਇਸ ਸਿੱਕੇ ਦੀ ਜਿਹੜੀ ਚੀਜ਼ ਹੈ ਵੱਡੀ ਲਾਪਰਵਾਹੀਆਂ ਜਿਹੜੀ ਨਜ਼ਰ ਆ ਰਹੀ ਹੈ ਹਾਲਾਂਕਿ ਹੁਣ ਪੁਲਿਸ ਦਾ ਇਹ ਕਹਿਣਾ ਹੈ ਕਿ ਜਿਹੜੇ આરોપી ਉਹਨਾਂ ਦੇ ਖਿਲਾਫ ਤਾਂ ਜਿਹੜੀ ਕਾਰਵਾਈ ਉਹ ਕੀਤੀ ਜਾ ਰਹੀ ਹੈ ਤੇ ਹੁਣ ਹੋਟਲ ਦੇ ਖਿਲਾਫ ਵੀ ਜਿਹੜੀ ਬੰਦੀ ਕਾਰਵਾਈ ਹੈ ਉਹ ਵੀ ਕੀਤੀ ਜਾਵੇ ਕਿ ਉਸ ਦੇ ਲਈ ਵੀ ਜਿਹੜੀ ਹੈ ਹੁਣ ਜਿਹੜੀ ਹੈ ਉਹ ਜਾਂਚ ਚੱਲ ਰਹੀ ਹੈਗੀ ਤੇ ਨਾਲ ਨਾਲ ਇਸ ਮਾਮਲੇ ਦੇ ਵਿੱਚ ਸੱਤ આરોપીਆਂ ਦੇ ਨਾਂ ਜਿਹੜੇ ਐਫਆਈਆਰ ਦੇ ਵਿੱਚ ਦਰਜ ਕੀਤੇ ਗਏ ਜਿਨ੍ਹਾਂ ਦੇ ਵਿੱਚੋਂ ਚਾਰ ਨੂੰ ਜਿਹੜਾ ਹੁਣ ਗ੍ਰਿਫਤਾਰ ਕੀਤਾ ਜਾ ਚੁੱਕੇ ਜਦਕਿ ਬਾਕੀਆਂ ਦੀ ਜਿਹੜੀ ਭਾਲ جاری ਹੈਗੀ ਤੇ ਪੁਲਿਸ ਹੁਣ ਪੂਰੀ ਇਸ ਘ ਦੇ ਉੱਤੇ ਜਿਹੜੀ ਹੈ ਜਾਂਚ ਦੇ ਵਿੱਚ ਜੁਟ ਗਈ ਹਾਲਾਂਕਿ ਹੁਣ ਮੀਡੀਆ ਨੂੰ ਅੰਦਰ ਜਾਣ ਦੀ ਜਿਹੜੀ ਪਰਮਿਸ਼ਨ ਹੈ ਉਹ ਨਹੀਂ ਦਿੱਤੀ ਜਾ ਰਹੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੇਟ ਹੁਣ ਪੂਰੀ ਤਰੀਕੇ ਨਾਲ ਜਿਹੜੇ ਬੰਦ ਕਰ ਦਿੱਤੇ ਗਏ ਕਿਸੇ ਨੂੰ ਵੀ ਅੰਦਰ ਜਾਣ ਦੀ ਪਰਮਿਸ਼ਨ ਹੈ ਉਹ ਨਹੀਂ ਦਿੱਤੀ ਜਾ ਰਹੀ ਬਿਲਕੁਲ ਹੁਣ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਕਿਉਂਕਿ ਜਾਂਚ ਚੱਲ ਰਹੀ ਹੈ ਬਾਕੀਆਂ ਦੋਸ਼ਾਂ ਦੀ ਵੀ ਪਾਲ ਜਾ ਰਹੀ ਹੈ ਮਾਮਲੇ ਦਰਜ ਕੀਤੇ ਗਏ ਨੇ ਲੇਕਿਨ ਵਾਕਈ ਆਪਣੇ ਆਪ ਚ ਗੰਭੀਰ ਕਿਸ ਤਰ੍ਹਾਂ ਦੇ ਨਾਲ ਸਾਰੇ ਆਮ ਸੜਕਾਂ ਤੇ ਅਸੀਂ ਦੇਖਦੇ ਹਾਂ ਵਾਰਦਾਤਾਂ ਵਾਪਰੀਆਂ ਨੇ ਇੱਥੇ ਪੂਲ ਪਾਰਟੀ ਚੱਲ ਰਹੀ ਲੇਕਿਨ ਹਥਿਆਰ ਕਿਉਂਕਿ ਇਸ ਤਰ੍ਹਾਂ ਅਲਾਉਡ ਨਹੀਂ ਹੁੰਦਾ ਵਿਨੇ ਤੇ ਸਵਾਲ ਵੀ ਖੜੇ ਹੁੰਦੇ ਨੇ ਅੰਕੁਸ਼ ਕਿ ਆਖਿਰ ਕਿਸ ਤਰ੍ਹਾਂ ਦੇ ਨਾਲ ਅਜਿਹੇ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਬਿਲਕੁਲ ਅਜਿਹੀਆਂ ਘਟਨਾਵਾਂ ਲਗਾਤਾਰ ਹੋ ਰਹੀਆਂ ਕਿਸੇ ਤਰੀਕੇ ਦੇ ਕੋਈ ਕੰਟਰੋਲ ਇਨ੍ਹਾਂ ਘਟਨਾਵਾਂ ਦੇ ਉੱਤੇ ਨਹੀਂ ਲੱਗ ਰਿਹਾ ਅਕਸਰ ਅਸੀਂ ਵੇਖਦੇ ਹਾਂ ਕਿ ਭਾਵੇਂ ਵਿਆਹਾਂ ਸ਼ਾਦੀਆਂ ਦੇ ਵਿੱਚ ਹਰ ਸ਼ਾਇਰਿੰਗ ਦਾ ਮਾਮਲਾ ਹੋਏ ਆ ਹੋਰ ਪਾਸੇ ਇਸ ਤਿੱਕੇ ਦੇ ਫਾਇਰਿੰਗ ਲਗਾਤਾਰ ਹੋ ਰਹੀ ਹੈ ਇੱਥੇ ਵੀ ਜਿਹੜੀ ਚਾਰ ਰਾਉਂਡ ਫਾਇਰਿੰਗ ਕੀਤੀ ਗਈ ਹੈ ਹਥਿਆਰ ਭਾਵੇਂ ਇੱਥੇ ਅੰਦਰ ਲਿਜਾਣ ਦੀ ਪਰਮਿਸ਼ਨ ਨਹੀਂ ਸੀ ਲੇਕਿਨ ਉਹਦੇ باوجود ਹਥਿਆਰ ਬੜੀ ਆਸਾਨੀ ਦੇ ਨਾਲ ਅੰਦਰ ਚਲੇ ਗਏ ਉੱਥੇ ਜਿਹੜੀ ਪਾਰਟੀ ਚੱਲ ਰਹੀ ਸੀ ਕਿ ਉਸੇ ਦੌਰਾਨ ਉੱਥੇ ਇੱਕ ਫੈਮਲੀ ਜਿਹੜੀ ਹੈ ਆਪਣੇ ਉਹਦੇ ਵਿੱਚ ਕੁਝ ਮਹਿਲਾਵਾ ਵੀ ਮੌਜੂਦ ਸੀ ਤੇ ਉਹਨਾਂ ਦੇ ਉੱਤੇ ਪਰਿਵਾਰ ਵਾਲਿਆਂ ਵੱਲੋਂ ਰੋਕਿਆ ਗਿਆ ਤਾਂ ਉਸ ਤੋਂ ਬਾਅਦ ਵੀ ਉਹ ਨਹੀਂ ਮੰਨੇ ਤਾਂ ਬਹਿਸਬਾਜੀ ਹੋਈ ਤਾਂ ਉਸ ਦੇ ਵਿੱਚ ਹੀ ਜਿਹੜੀ ਇਹ ਗੋਲੀਬਾਰੀ ਕੀਤੀ ਗਈ ਹੈ ਚਾਰ ਰਾਉਂਡ ਫਾਇਰਿੰਗ ਜਿਹੜੀ ਕੀਤੀ ਗਈ ਹੈ ਜਿਸ ਦੇ ਵਿੱਚ ਇੱਕ ਜਿਹੜੀ ਫਾਇਰਿੰਗ ਹੈਗੀ ਹੈ ਇੱਕ ਗੋਲੀ ਹੈ ਜਿਹੜੀ ਇੱਕ ਕਰਨ ਨਾਮ ਦੇ ਯੁਵਕ ਜਿਹੜੇ ਕਿ ਦੂਸਰੀ ਪਾਰਟੀ ਤੋਂ ਸੀਗੇ ਉਹਨਾਂ ਦੇ ਉੱਤੇ ਲੱਗੀ ਹੈ ਤੇ ਉਸ ਤੋਂ ਬਾਅਦ ਉਹਨਾਂ ਦੀ ਸ਼ਿਕਾਇਤ ਹੈ ਜਿਹੜਾ ਮਾਮਲਾ ਦਰਜ ਕੀਤਾ ਗਿਆ ਤੇ ਦੇਰ ਰਾਤ ਤੋਂ ਹੀ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਜੁਟੀ ਹੋਈ ਸੀ ਜਿਹੜੀ ਪੁਲਿਸ ਵਾਲੋ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਸਵੇਰੇ ਤਕਰੀਬਨ 6 ਵਜੇ ਤੱਕ ਇਹ ਪੂਰਾ ਆਪਰੇਸ਼ਨ ਚੱਲਿਆ ਤਾਂ ਹੁਣ ਤੱਕ ਚਾਰ ਬੰਦਿਆਂ ਨੂੰ ਇਸ ਦੇ ਵਿੱਚ ਜਿਹੜਾ ਗ੍ਰ ਕਿਤਾ ਗਿਆ ਤੇ ਬਾਕੀ ਤਿੰਨ ਦੀ ਜੜੀ ਪਾਲ ਜਾਰੀ ਹੈਗੇ ਕਿਉਂਕਿ ਤਿੰਨ ਦਾ ਨਾਮ ਇਸ ਦੇ ਵਿੱਚ ਐਫ ਆਈ ਆਰ ਦੇ ਵਿੱਚ ਦਰਜ ਕੀਤਾ ਗਿਆ ਤੇ ਕਈ ਧਾਰਾਵਾਂ ਜਿਹੜੀ 307 ਤੋਂ ਲੈ ਕੇ ਕਈ ਹੋਰ ਧਾਰਾਵਾਂ ਵੀ ਜੋੜੀ ਗਈ ਤੇ ਖਾਸ ਤੌਰ ਤੇ ਜੇਕਰ ਗੱਲ ਕਰੀ ਜਿਹਦਾ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਹੈ ਹੋਟਲ ਦੇ ਉੱਤੇ ਵੀ ਜਿਹੜੀ ਬੰਦੀ ਕਾਰਵਾਈ ਉਹ ਵੀ ਕਰਨ ਦੀ ਜਿਹੜੀ ਹੈ ਹੁਣ ਗੱਲ ਪੁਲਿਸ ਨੂੰ ਆਖੀ ਗਈ ਹੈ